ਲਓ ਜੀ ਇੱਕ ਨਵੀਂ ਅਪਡੇਟ ਆ ਵਧੀਆ ਅਪਡੇਟ ਕਹਿ ਸਕਦੇ ਆ ਜਿਹੜੇ ਲੋਕ ਜਰਮਨ ਨੈਸ਼ਨੈਟੀ ਵਾਲਾ ਕਾਨੂੰਨ ਡਬਲ ਨੈਸ਼ਨੈਟੀ ਵਾਲਾ ਕਾਨੂੰਨ ਜਾਂ ਨਵ ਜੰਮੇ ਬੱਚੇ ਨੂੰ ਪੈਦਾ ਹੁੰਦਿਆਂ ਹੀ ਨੈਸ਼ਨੈਟੀ ਮਿਲ ਜਾਇਆ ਕਰੇਗੀ ਜੇ ਬੱਚੇ ਦੇ ਮਾਜਾ ਪਿਓ ਇੱਕ ਜਣੇ ਕੋਲ ਇੱਥੇ ਨੀਦਰਲਾਸਿੰਗਸ ਅਲੋਬਨੀ ਸਿਆਦ ਤੇ ਉਹਨੂੰ ਫਿਰ 5 ਸਾਲ ਹੋ ਗਏ ਹੋਣਗੇ ਇੱਥੇ ਰਹਿੰਦੇ ਨੂੰ ਤੇ ਉਹਨੂੰ ਫਿਰ ਜੰਮਦਿਆਂ ਹੀ ਜਿਹੜਾ ਆ ਜਰਮਨ ਨੈਸ਼ਨੈਟੀ ਮਿਲ ਜਾਇਆ ਕਰੇਗੀ ਸੋ ਉਹਨਾਂ ਲਈ ਇਹ ਅਪਡੇਟ ਜਿਹੜੀ ਆ ਵਧੀਆ ਆ ਤੇ ਜਿਹੜੇ ਮੌਜੂਦਾ ਸਰਕਾਰ ਤੋਂ ਨਾਖੁਸ਼ ਨੇ ਉਹਨਾਂ ਲਈ ਇਹ ਅਪਡੇਟ ਕੁਛ ਮਾਇਨੇ ਨਹੀਂ ਰੱਖਦੀ ਸੋ ਅਪਡੇਟ 1 ਜਨਵਰੀ 2024 ਦੀ ਆ ਮੈਂ ਕੱਲ ਬਿਜੀ ਸੀਗਾ ਗਾਣੇ ਦੀ ਪ੍ਰੋਮੋਸ਼ਨ ਨੂੰ ਲੈ ਕੇ ਇਸ ਕਰਕੇ ਵੀਡੀਓ ਸਾਂਝੀ ਨਹੀਂ ਕਰ ਪਾਇਆ ਸੋ FDP ਜਿਹੜਾ ਪਾਰਟਾਈ ਆ ਉਹ ਸਰਕਾਰ ਦੇ ਵਿੱਚੋਂ ਆਊਟ ਹੁੰਦੇ ਨਜ਼ਰ ਆਉਂਦੇ ਸੀ ਜਿਸ ਤੇ ਕਾਰਨ ਸਰਕਾਰ ਟੁੱਟ ਸਕਦੀ ਸੀ ਹੁਣ FDP ਤੇ ਜਿਹੜਾ MLA ਹੁੰਦੇ ਆ ਆਪਣਾ MPਸ ਹੁੰਦੇ ਆ ਉਹਨਾਂ ਕੋਲ ਜਿਹੜਾ ਆ ਮਿਥ ਗਲੀ ਦਾ ਬਿਫਰਾਗ ਜਾਨੀ ਕਿ ਉਹਨਾਂ ਕੋਲ ਪੁੱਛਿਆ ਗਿਆ ਆ ਕਿ ਕੌਣ ਕੌਣ ਜਿਹੜਾ ਮੌਜੂਦਾ ਸਰਕਾਰ ਦੇ ਨਾਲ ਰਹਿ ਕੇ ਕੰਮ ਕਰਨਾ ਚਾਹੁੰਦਾ ਆ ਤੇ ਕੌਣ ਕੌਣ ਨਹੀਂ ਰਹਿਣਾ ਚਾਹੁੰਦਾ ਸੋ ਇਹਦੇ ਵਿੱਚ ਜ਼ਿਆਦਾ ਮਿਥ ਗਲੀਜ਼ ਜ਼ਿਆਦਾ ਮੈਂਬਰ ਆਪਾਂ ਕਹਿ ਲਈਏ ਜਿਹਦੇ ਵਿੱਚ MP ਜਾਂ MLA ਆਉਂਦੇ ਨੇ ਉਹਨਾਂ ਨੇ ਕਿਹਾ ਆ ਕਿ ਆਪਾਂ ਮੌਜੂਦਾ ਸਰਕਾਰ ਦੇ ਨਾਲ ਰਹਿ ਕੇ ਕੰਮ ਕਰਨਾ ਚਾਹੁੰਦੇ ਆ ਸੋ ਇਟ ਮੀਨ ਕਿ ਐਸਪੇਡੇ ਤੇ ਗਰਨ ਪਾਰਟ ਆਏ ਜਿਹੜਾ ਆ ਉਹਦੇ ਨਾਲ ਮਿਲ ਕੇ ਐਫਡੇਪੇ ਕੰਮ ਕਰੇਗੀ ਸੋ ਜਿਸ ਦੇ ਨਾਲ ਅੰਪਲ ਕੋਲੀਸ਼ਨ ਜਾਨੀ ਕਿ ਐਫਡੇਪੇ ਗਰਨ ਪਾਰਟ ਆਏ ਜਿਹੜਾ ਆ ਉਹਨਾਂ ਨੂੰ ਰਾਹਤ ਮਿਲੀ ਆ ਤੇ ਜੇ ਹੁਣ ਸਰਕਾਰ ਇਕੱਠੇ ਹੋ ਕੇ ਕੰਮ ਕਰਨ ਜਾ ਰਹੀ ਆ ਦੁਬਾਰਾ ਚੋਣਾਂ ਨਹੀਂ ਹੋਣਗੀਆਂ ਤੇ ਇਹਦਾ ਮਤਲਬ ਜਿਹੜੇ ਇਹਨਾਂ ਨੇ ਫੈਸਲੇ ਲਏ ਆ ਜਿਵੇਂ ਕਿ ਇਹਨਾਂ ਨੇ ਕਿਹਾ ਸੀ ਕਿ ਆਪਾਂ ਜਨਵਰੀ ਦੇ ਵਿੱਚ ਵਿੱਚ ਇਹ ਜਿਹੜਾ ਕਾਨੂੰਨ ਆ ਨੈਸ਼ਨੈਟੀ ਵਾਲਾ ਇਹਨੂੰ ਪਾਸ ਕਰ ਦੇਾਂਗੇ ਸੋ ਉਮੀਦ ਆ ਕਿ ਹੁਣ ਜਲਦੀ ਹੀ ਇਹ ਕਾਨੂੰਨ ਪਾਸ ਹੋ ਜਾਏਗਾ ਤੇ ਦੂਜੇ ਪਾਸੇ ਹੁਣ ਦੇਖੀਏ ਜਰਮਨੀ ਦੇ ਵਿੱਚ ਬੜੇ ਵੱਡੇ ਪੱਧਰ ਤੇ ਹੜਤਾਲਾਂ ਹੋਣ ਜਾ ਰਹੀਆਂ ਨੇ ਧਰਨੇ ਲੱਗਣ ਜਾ ਰਹੇ ਨੇ ਸੋ ਇਸ ਦਾ ਮੌਜੂਦਾ ਸਰਕਾਰ ਕੀ ਹੱਲ ਕਰਦੀ ਆ ਜੋ ਵੀ ਅਪਡੇਟ ਆਣਗੀਆਂ ਜੋ ਵੀ ਸਾਨੂੰ ਪਤਾ ਲੱਗੇਗਾ ਆਪਾਂ ਵੀਡੀਓ ਬਣਾ ਕੇ ਆਪਜੀ ਪੈਨ ਪਰਵਾਨ ਨਾਲ ਸਾਂਝੀ ਕਰ ਦੇਾਂਗੇ ਇਸ ਲਈ ਵੀਡੀਓ ਚੰਗੀ ਲੱਗੀ ਆ ਲਾਈਕ ਸ਼ੇਅਰ ਤੇ ਫੋਲੋ ਕਰ ਲਵੋ ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਜਾਣੇ ਜਾਣੇ ਮੇਰੇ ਤੋਂ ਲਵ ਸਿੰਘ ਆਂ ਦੋਵੇਂ ਹੱਥ ਜੋੜ ਕੇ ਤੁਹਾਡਾ ਮਾਫੀ ਚਾਹੁੰਦਾ ਹੈ ਜੀ ਸਤਿ ਸ਼੍ਰੀ ਅਕਾਲ ਸਾਰਨ ਤੇ ਜਉਂਦੇ ਬਸਤੇ ਰਹੋ